तेरी कास हो गई? दे दे नहीं तो। नहीं तो क्या? नहीं तो मैं अपने बड़े भाई को बुला के लाऊंगा, वो तुझे छोड़ेगा नहीं। हाँ, बुला ले, मैं भी किसी से डरता नहीं हूँ, मैं खुद अपना बड़ा भाई हूँ। किसी और पे निर्भर क्यों हो, खुद ही स्ट्रांग बन जाओ। हर हफ्ते लो आयरन की सिर्फ एक नीली गोली, ये खून में आयरन की मात्रा बढ़ाए, अंदर से बाहर तक एकदम सॉलिड बनाए। सरकारी स्कूलों और आंगनबाड़ी केंद्रों में निःशुल्क उपलब्ध। सॉलिड बनो इंडिया, भारत सरकार की पहल। प्यारे दर्शकों, मैं अवतार सिंह गोविंदपुरी प्रोग्राम स्वस्थ भारत लैके थोड़ी सेवा विच हाजिर हाँ। अज दे इस प्रोग्राम विच असीं केंद्र सरकार वालों चलाई जा रही जच्चा बच्चा स्कीम संबंधी गल करांगे। ये भरपूर जानकारी इकट्ठी करन दे लई आओ तुहानूं लैके चलदे हां जिला शहीद भगत सिंह नगर दे सिविल हस्पताल विखे। भारत सरकार वालों वक्-वक् सूबियां विच कई तरह दीआं स्कीमां चलाईआं जा रहीआं हन। इसे लड़ी तहत सेहत संबंध विच वी कई तरह दीआं स्कीमां भारत सरकार वालों चलाईआं गईआं हन। पंजाब विच वी इह स्कीमां सरकारी हस्पतालां विच वड्डे पद्धर ते चल रहीआं हन ते लोड़वंदां नूं लाभ मिल रहा है। इह स्कीमां सिविल हस्पताल नवांशहर विच वी वड्डे पद्धर ते चला के लोकां नूं लाभ दित्ता जा रहा है। तां आओ जानदे हां कि किस किस तरह दीआं स्कीमां इत्थे चल रहीआं हन। सब तो पहला असीं इत्थों दे सिविल सर्जन डॉक्टर धर्मपाल जी जिहड़े कि इस समुचे प्रबंध की देखरेख कर रहे ने उन्हां तों जानकारी लवांगे कि सरकार वालों जच्चा बच्चा स्कीम दे विच विशेष तौर पर की सहूलतां दित्तियां जा रहीआं ने। भारत सरकार वालों नैशनल रूरल हैल्थ मिशन चलाया जा रहा है जिहदे तहत जच्चा बच्चा दीआं सेवावां मुख हन तां जो MMR अते IMR ਜਿਹੜਾ ਉਹਨੂੰ ਘਟਾਇਆ ਜਾ ਸਕਦੇ। ਇਹਦੇ ਤਹਿਤ ਸਾਰਿਆਂ ਨੂੰ ਪਹਿਲਾਂ ਜਦੋਂ ਵੀ ਕਿਸੇ ਲੇਡੀ ਦਾ ਪਤਾ ਲੱਗਦਾ ਕਿ ਉਹ ਪ੍ਰੈਗਨੈਂਟ ਹੋਈ ਹੈ ਤਾਂ ਉਹਦੇ ਵਿੱਚ ਸਾਡੇ ਆਸ਼ਾ ਵਰਕਰ ਅਤੇ ਐਨਐਮ ਦਾ ਸਾਰਿਆਂ ਨੂੰ ਪਹਿਲਾ ਕੰਮ ਹੈ ਕਿ ਉਹਦੀ ਅਰਲੀ ਤੋਂ ਜਲਦ ਉਹਦੀ ਰਜਿਸਟ੍ਰੇਸ਼ਨ ਕਰਕੇ ਉਹਦਾ ਐਂਟੀਨੇਟਲ ਚੈੱਕਅਪ ਸ਼ੁਰੂ ਕਰਵਾਏ ਜਾਣ, ਜਿਹੜੇ ਕਿ 3 ਤਾਂ ਬਹੁਤ ਜ਼ਰੂਰੀ ਹੈ। 3 ਐਂਟੀਨੇਟਲ ਚੈੱਕਅਪ ਉਹਦੇ ਦੌਰਾਨ ਹੀ ਉਹਦੇ ਮਾਂ ਦਾ ਜਿਹੜਾ ਐਂਟੀਨੇਟਲ ਚੈੱਕਅਪ ਦੇ ਦੌਰਾਨ ਉਹਦੇ ਟੀਕੇ ਲਗਾਏ ਜਾਂਦੇ ਆ, ਟੈਟਨਸ ਦੇ ਟੀਕੇ, ਅਤੇ ਨਾਲ ਉਹਦਾ ਹੀਮੋਗਲੋਬਿਨ ਚੈੱਕ ਕੀਤਾ ਜਾਂਦਾ ਤਾਂ ਕਿ ਜੇ ਕਿਸੇ ਨੂੰ ਖੂਨ ਦੀ ਕਮੀ ਪਾਈ ਜਾਏ ਤਾਂ ਉਹਦਾ IFA ਟੇਬਲੇਟ ਦੇ ਕੇ ਅਤੇ ਜਾਂ ਉਸ ਤੋਂ ਬਾਅਦ ਫਿਰ ਬਣਦਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਜਿਹੜਾ ਹੋਣ ਵਾਲਾ ਬੱਚਾ ਹੈ ਉਹ ਵੀ ਸਵਸਥ ਰਹੇ ਅਤੇ ਮਾਂ ਵੀ ਸਵਸਥ ਰਹੇ। ਦੂਸਰੀ ਜਿਹੜੀ ਆ ਇਹਦੇ ਦੌਰਾਨ ਹੀ ਮਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਆ ਐਂਟੀਨੇਟਲ ਚੈੱਕਅਪ ਦੇ ਦੌਰਾਨ, ਮਾਂ ਨੂੰ ਆਪਣੇ ਘਰ ਤੋਂ ਹੋਸਪਿਟਲ ਤੱਕ ਲਿਆਉਣ ਦੀਆਂ ਸੇਵਾਵਾਂ ਵੀ ਜਿਹੜੀਆਂ ਆ ਉਹ ਸਾਡੇ 108 ਦੇ ਥਰੂ ਆਉਂਦੇ ਆ। ਹੋਸਪਿਟਲ 'ਚ ਆ ਕੇ ਮਾਂ ਦਾ ਡਿਲੀਵਰੀ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਜਿਹੜੇ ਟੈਸਟ ਵਗੈਰਾ ਹੋਣੇ ਉਹ ਵੀ ਸਾਰੇ ਫ੍ਰੀ ਕੀਤੇ ਜਾਂਦੇ ਆ। ਡਿਲੀਵਰੀ ਦੇ ਦੌਰਾਨ ਉਹਨੂੰ ਹਰੇਕ ਹੀ ਤਰ੍ਹਾਂ ਦੀ ਸਹੂਲਤ, ਜਿਹੜੀ ਕਿ ਜੇ ਉਹਦਾ ਓਪਰੇਸ਼ਨ ਹੋਣ ਵਾਲਾ ਤਾਂ ਉਹਦਾ ਓਪਰੇਸ਼ਨ ਕੀਤਾ ਜਾਂਦਾ ਹੈ, ਜੇ ਨੋਰਮਲ ਡਿਲੀਵਰੀ ਹੈ ਤਾਂ ਉਹ ਕੀਤੀ ਜਾਂਦੀ, ਉਹਦੇ ਨਾਲ ਉਹਨੂੰ ਹਰੇਕ ਹੀ ਤਰ੍ਹਾਂ ਦੀ ਦਵਾਈ ਪਲੱਸ ਉਹਨੂੰ ਬਾਅਦ 'ਚ ਡਿਸਚਾਰਜ ਵੇਲੇ ਵੀ ਜਿਹੜੀ ਹੈ 3 ਦਿਨਾਂ ਦੀ ਮੈਡੀਸਨ ਦੇ ਕੇ ਇੱਥੋਂ ਭੇਜਿਆ ਜਾਂਦਾ ਹੈ। ਜਿੱਥੇ ਤੱਕ ਬੱਚੇ ਦਾ ਸੰਬੰਧ ਹੈਗਾ, ਬੱਚਾ ਹੋਣ 'ਤੇ ਉਸ ਵੇਲੇ ਬੱਚੇ ਦੀ ਜਿਹੜੀ ਆ ਮੁੱਢਲੀ ਦੇਖ ਰੇਖ ਸਾਡੇ, ਜੇ ਨੋਰਮਲ ਡਿਲੀਵਰੀ ਹੋਈ ਆ ਤਾਂ ਉੱਥੇ ਜਿਹੜੀ ਆ ਸਾਡੀ ਆਪਣੇ ਸਟਾਫ ਨਰਸ ਹੈਗੀ ਆ ਉਹ ਕਰਦੀ ਆ, ਲੋੜ ਪੈਣ 'ਤੇ ਸਾਡੇ ਬੱਚਿਆਂ ਵਾਲੇ ਡਾਕਟਰ ਉਹਨੂੰ ਅਟੈਂਡ ਕਰਦੇ ਆ ਅਤੇ ਉਹਦੇ ਦੌਰਾਨ ਬੱਚੇ ਦੀ ਪੂਰੀ ਕੇਅਰ ਕੀਤੀ ਜਾਂਦੀ ਆ। ਪਲੱਸ ਉਹਨੂੰ ਉਸ ਵੇਲੇ ਜਿਹੜੇ ਬਣਦੇ ਟੀਕੇ ਆ ਵੈਕਸੀਨੇਸ਼ਨ ਪਹਿਲੇ ਦੇ 24 ਘੰਟਿਆਂ ਦੇ ਵਿੱਚ BCG ਦਾ ਟੀਕਾ ਅਤੇ ਇੱਕ ਹੈਪੇਟਾਈਟਸ B ਦਾ ਟੀਕਾ ਲਗਾਇਆ ਜਾਂਦਾ ਆ ਅਤੇ ਨਾਲ ਦੀ ਨਾਲ ਹੀ ਸਾਰਿਆਂ ਨੂੰ ਜ਼ਰੂਰੀ ਚੀਜ਼ ਜਿਹੜੀ ਆ ਉਸ ਵੇਲੇ ਸਾਡੇ ਵਰਕਰ ਵੀ ਸਾਡੇ ਸਟਾਫ ਵੀ ਜਿਹੜੇ ਸਮਝਾਉਂਦੇ ਆ ਕਿ ਬੱਚੇ ਨੂੰ ਮੁੱਢਲਾ ਮਾਂ ਦਾ ਜਿਹੜਾ ਪਹਿਲਾ ਦੁੱਧ ਗਾੜਾ ਦੁੱਧ ਉਹ ਦੇਣ ਦੀ ਹਦਾਇਤ ਕੀਤੀ ਜਾਂਦੀ ਆ। ਉਹ ਘੰਟੇ ਦੇ ਵਿੱਚ ਹੀ ਮਾਂ ਨੂੰ ਬੱਚੇ ਨੂੰ ਆਪਣੇ ਮਾਂ ਆਪਣੇ ਨਾਲ ਲਗਾਉਂਦੀ ਆ ਤਾਂ ਕਿ ਉਹਨੂੰ ਪਹਿਲਾ ਜਿਹੜਾ ਆ ਕੋਲੈਸਟਰਮ ਜਿਹੜਾ ਪਹਿਲਾ ਗਾੜਾ ਦੁੱਧ ਆਉਂਦਾ ਉਹ ਦਿੱਤਾ ਜਾ ਸਕੇ। ਉਹੀ ਜਿਹੜੀ ਆ ਉਹ ਬੱਚੇ ਨੂੰ ਅੱਗੇ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹਦੇ ਆਉਣ ਵਾਲੇ ਸਮੇਂ 'ਚ ਬਹੁਤ ਹੀ ਲਾਹੇਵੰਦ ਹੁੰਦਾ ਆ। ਦੂਸਰੀ ਜਿਹੜੀ ਆ ਇਹਦੇ ਦੌਰਾਨ ਹੀ ਮਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਆ ਐਂਟੀਨੇਟਲ ਚੈੱਕਅਪ ਦੇ ਦੌਰਾਨ, ਮਾਂ ਨੂੰ ਆਪਣੇ ਘਰ ਤੋਂ
ਹੌਸਪੀਟਲ ਤੱਕ ਲਿਆਉਂਦੀਆਂ ਸੇਵਾਵਾਂ ਵੀ ਜਿਹੜੀਆਂ ਆ ਉਹ ਸਾਡੇ 108 ਦੇ ਥਰੂ ਆਉਂਦੇ ਆ। ਹੌਸਪੀਟਲ 'ਚ ਆ ਕੇ ਮਾਂ ਦਾ ਡਿਲੀਵਰੀ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਜਿਹੜੇ ਟੈਸਟ ਵਗੈਰਾ ਹੋਣੇ ਉਹ ਵੀ ਸਾਰੇ ਫ੍ਰੀ ਕੀਤੇ ਜਾਂਦੇ ਆ। ਡਿਲੀਵਰੀ ਦੇ ਦੌਰਾਨ ਉਹਨੂੰ ਹਰੇਕ ਹੀ ਤਰ੍ਹਾਂ ਦੀ ਸਹੂਲਤ, ਜਿਹੜੀ ਕਿ ਜੇ ਉਹਦਾ ਆਪਰੇਸ਼ਨ ਹੋਣ ਵਾਲਾ ਤਾਂ ਉਹਦਾ ਆਪਰੇਸ਼ਨ ਕੀਤਾ ਜਾਂਦਾ ਹੈ, ਜੇ ਨੋਰਮਲ ਡਿਲੀਵਰੀ ਆ ਤਾਂ ਉਹ ਕੀਤੀ ਜਾਂਦੀ, ਉਹਦੇ ਨਾਲ ਉਹਨੂੰ ਹਰੇਕ ਹੀ ਤਰ੍ਹਾਂ ਦੀ ਦਵਾਈ ਪਲੱਸ ਉਹਨੂੰ ਬਾਅਦ 'ਚ ਡਿਸਚਾਰਜ ਵੇਲੇ ਵੀ ਜਿਹੜੀ ਆ 3 ਦਿਨਾਂ ਦੀ ਮੈਡੀਸਨ ਦੇ ਕੇ ਇੱਥੋਂ ਭੇਜਿਆ ਜਾਂਦਾ ਹੈ। ਜਿੱਥੇ ਤੱਕ ਬੱਚੇ ਦਾ ਸੰਬੰਧ ਹੈਗਾ, ਬੱਚਾ ਹੋਣ 'ਤੇ ਉਸ ਵੇਲੇ ਬੱਚੇ ਦੀ ਜਿਹੜੀ ਆ ਮੁੱਢਲੀ ਦੇਖ ਰੇਖ ਸਾਡੇ, ਜੇ ਨੋਰਮਲ ਡਿਲੀਵਰੀ ਹੋਈ ਆ ਤਾਂ ਉੱਥੇ ਜਿਹੜੀ ਆ ਸਾਡੀ ਆਪਣੇ ਸਟਾਫ ਨਰਸ ਹੈਗੀ ਆ ਉਹ ਕਰਦੀ ਆ, ਲੋੜ ਪੈਣ 'ਤੇ ਸਾਡੇ ਬੱਚਿਆਂ ਵਾਲੇ ਡਾਕਟਰ ਉਹਨੂੰ ਅਟੈਂਡ ਕਰਦੇ ਆ, ਅਤੇ ਉਹਦੇ ਦੌਰਾਨ ਬੱਚੇ ਦੀ ਪੂਰੀ ਕੇਅਰ ਕੀਤੀ ਜਾਂਦੀ ਆ। ਪਲੱਸ ਉਹਨੂੰ ਉਸ ਵੇਲੇ ਜਿਹੜੇ ਬਣਦੇ ਟੀਕੇ ਆ ਵੈਕਸੀਨੇਸ਼ਨ ਪਹਿਲੇ ਦੇ 24 ਘੰਟਿਆਂ ਦੇ ਵਿੱਚ BCG ਦਾ ਟੀਕਾ ਅਤੇ ਇੱਕ ਹੈਪੇਟਾਈਟਿਸ ਬੀ ਦਾ ਟੀਕਾ ਲਗਾਇਆ ਜਾਂਦਾ ਆ, ਅਤੇ ਨਾਲ ਦੀ ਨਾਲ ਹੀ ਸਾਰਿਆਂ ਨੂੰ ਜ਼ਰੂਰੀ ਚੀਜ਼ ਜਿਹੜੀ ਆ ਉਸ ਵੇਲੇ ਸਾਡੇ ਵਰਕਰ ਵੀ ਸਾਡੇ ਸਟਾਫ ਵੀ ਜਿਹੜੇ ਸਮਝਾਉਂਦੇ ਆ ਕਿ ਬੱਚੇ ਨੂੰ ਮੁੱਢਲਾ ਮਾਂ ਦਾ ਜਿਹੜਾ ਪਹਿਲਾ ਦੁੱਧ ਗਾੜਾ ਦੁੱਧ ਉਹ ਦੇਣ ਦੀ ਹਦਾਇਤ ਕੀਤੀ ਜਾਂਦੀ ਆ। ਉਹ ਘੰਟੇ ਦੇ ਵਿੱਚ ਵਿੱਚ ਹੀ ਮਾਂ ਨੂੰ ਬੱਚੇ ਨੂੰ ਆਪਣੇ ਮਾਂ ਆਪਣੇ ਨਾਲ ਲਗਾਉਂਦੀ ਆ ਤਾਂ ਕਿ ਉਹਨੂੰ ਪਹਿਲਾ ਜਿਹੜਾ ਆ ਕੋਲੈਸਟਰਮ ਜਿਹੜਾ ਪਹਿਲਾ ਗਾੜਾ ਦੁੱਧ ਆਉਂਦਾ ਉਹ ਦਿੱਤਾ ਜਾ ਸਕੇ। ਉਹੀ ਜਿਹੜੀ ਆ ਉਹ ਬੱਚੇ ਨੂੰ ਅੱਗੇ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹਦੇ ਆਉਣ ਵਾਲੇ ਸਮੇਂ 'ਚ ਬਹੁਤ ਹੀ ਲਾਹੇਵੰਦ ਹੁੰਦਾ ਆ। ਜੱਚਾ ਬੱਚਾ ਸਕੀਮ ਦੇ ਤਹਿਤ ਅਗਰ ਕੋਈ ਇਹੋ ਜਿਹੀ ਸਕੀਮ ਹੋਵੇ ਜਿਹਦੇ ਤਹਿਤ ਉਸ ਪਰਿਵਾਰ ਨੂੰ ਜਿਹਦੇ ਵਿੱਚ ਬੱਚਾ ਪੈਦਾ ਹੋਣ ਜਾ ਰਿਹਾ, ਕੋਈ ਵਿੱਤੀ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਕਿ ਨਹੀਂ? ਅਗਰ ਦਿੱਤੀ ਜਾਂਦੀ ਹੈ ਤਾਂ ਉਹ ਕਿਸ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ? ਇਹਦੇ ਤਹਿਤ NRHM ਦੇ ਤਹਿਤ ਸਾਡੇ ਕੋਲ ਇੱਕ ਤਾਂ ਜਨਨੀ ਸੁਰੱਖਿਆ ਯੋਜਨਾ ਹੈ JSY, ਜਿਹਦੇ ਤਹਿਤ BPL ਫੈਮਿਲੀ ਦੇ ਮਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਹੜੇ ਕਿ ਸ਼ਹਿਰੀ ਇਲਾਕੇ 'ਚ ਅਲੱਗ ਹੈਗੀ ਹੈ ਅਤੇ ਪੇਂਡੂ ਇਲਾਕੇ 'ਚ ਅਲੱਗ ਹੈ। ਪੇਂਡੂ ਇਲਾਕੇ ਦੇ ਵਿੱਚ ਉਹ 700 ਰੁਪਇਆ ਮਿਲਦਾ ਹੈ ਅਤੇ ਸ਼ਹਿਰੀ ਇਲਾਕੇ ਦੇ ਵਿੱਚ 600 ਰੁਪਇਆ, ਅਤੇ ਹੋਮ ਡਿਲੀਵਰੀ ਦਾ 500 ਰੁਪਇਆ ਦਿੱਤਾ ਜਾਂਦਾ ਹੈ। ਅਤੇ ਜਿੱਥੇ ਤੱਕ ਇਸ ਤੋਂ ਇਲਾਵਾ ਇੱਕ ਹੋਰ ਮਾਤਾ ਕੁਸ਼ਲਿਆ ਸਕੀਮ ਹੈਗੀ ਹੈ, ਉਹਦੇ ਤਹਿਤ ਮਾਂ ਨੂੰ 1000 ਰੁਪਇਆ ਇੰਸਟੀਟਿਊਸ਼ਨ, ਜਦੋਂ ਕਿ ਜਿਹੜੀ ਡਿਲੀਵਰੀ ਸਾਡੇ ਸਿਹਤ ਕੇਂਦਰਾਂ ਦੇ ਵਿੱਚ ਹੋ ਰਹੀ ਹੈ ਉੱਥੇ ਉਹਦੇ ਵਾਸਤੇ ਉਹਨੂੰ 1000 ਰੁਪਇਆ ਦਿੱਤਾ ਜਾਂਦਾ ਹੈ। ਪਲੱਸ ਰੈਫਰਲ 'ਤੇ ਜਿਹੜਾ ਆ ਰੈਫਰਲ ਉਹਦੀ ਫ੍ਰੀ ਹੈਗੀ ਹੈ, ਪੇਸ਼ੈਂਟ ਨੂੰ ਲਿਆਉਣਾ ਹੋਸਪਿਟਲ ਤੱਕ ਉਹ ਅਤੇ ਉਹਨੂੰ ਉਸ ਤੋਂ ਬਾਅਦ ਵਾਪਸ ਜਿਹੜਾ ਉਹਨੂੰ ਭੇਜਣਾ ਉਹ ਫ੍ਰੀ ਹੈ। ਇਸ ਦੇ ਨਾਲ ਹੀ ਜਿਹੜੀ ਆ ਜਣੇਪੇ ਦੇ ਦੌਰਾਨ ਜਿਹੜੀਆਂ ਉਹਦਾ ਡਾਇਟ ਦਾ ਪ੍ਰਬੰਧ ਹੈ, ਉਹਦੇ ਖਾਣ ਦਾ ਪ੍ਰਬੰਧ ਹੈ, ਉਹ ਵੀ ਉਹਨੂੰ ਡਾਇਟ ਉਹਦੇ ਦੌਰਾਨ ਜਿੰਨੇ ਦਿਨ ਉਹ ਹੋਸਪਿਟਲ ਹੈਗੀ ਆ ਉਹਨੂੰ ਹੋਸਪਿਟਲ 'ਚੋਂ ਡਾਇਟ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹ ਜਿਹੜੀਆਂ NRHM ਦੇ ਤਹਿਤ ਹੀ ਸਾਰੀਆਂ ਵਿੱਤੀ ਸਹਾਇਤਾ ਮਿਲਦੀਆਂ ਜਿਹੜੀ ਕਿ ਸੈਂਟਰਲ ਗਵਰਨਮੈਂਟ ਦੇ ਫੰਡਡ ਹੈਗੀਆਂ। ਗੰਦਾ ਪਾਣੀ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਕੰਨ ਵਿੱਚ ਗੰਦਾ ਪਾਣੀ ਜਾਣ ਨਾਲ ਕੰਨ ਵਿੱਚ ਮਵਾਦ ਬਣਦਾ ਹੈ। ਇਸ ਤੋਂ ਕੰਨ ਵਿੱਚ ਪੀੜ ਅਤੇ ਕੰਨ ਵਗਣ ਦੀ ਤਕਲੀਫ ਹੋ ਜਾਂਦੀ ਹੈ। ਧਿਆਨ ਰੱਖੋ, ਬੱਚੇ ਨੂੰ ਤਲਾਅ ਵਿੱਚ ਡੁਬਕੀ ਨਾ ਲਗਾਉਣ ਦਿਓ। ਗੰਦੇ ਪਾਣੀ ਤੋਂ ਰੱਖੋ ਦੂਰੀ, ਸਵਸਥ ਕੰਨਾਂ ਦੇ ਲਈ ਇਹੋ ਜ਼ਰੂਰੀ। ਛੇ ਮਹੀਨੇ ਦਾ ਹੋ ਕੇ ਵੀ ਜੇਕਰ ਤੁਹਾਡਾ ਬੱਚਾ ਨਾ ਸੁਣ ਪਾਏ ਤੇ ਫੌਰਨ ਡਾਕਟਰ ਤੋਂ ਜਾਂਚ ਕਰਾਓ। ਯਾਦ ਰੱਖੋ, ਜੇਕਰ ਤੁਸੀਂ ਕੁਛ ਨਾ ਕੀਤਾ ਤੇ ਸ਼ਾਇਦ ਤੁਹਾਡਾ ਬੱਚਾ ਕਦੀ ਵੀ ਨਾ ਸੁਣ ਪਾਏ। ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ, ਆਓ ਜਾਣੀਏ ਸਿਵਲ ਹਸਪਤਾਲ ਨਵਾਂਸ਼ਹਿਰ ਦੇ SMO ਡਾਕਟਰ ਪ੍ਰਿਤਪਾਲ ਸਿੰਘ ਹੁਣਾਂ ਤੋਂ। ਗਰਭਵਤੀ ਮਾਵਾਂ ਜਦੋਂ ਸਾਡੇ ਕੋਲ ਪਹਿਲੀ ਵਾਰ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੇ ਹਾਂ ਜੀ। ਰਜਿਸਟ੍ਰੇਸ਼ਨ ਦੇ ਵਿੱਚ ਉਹਦਾ ਸਾਰਾ ਐਡਰੈਸ ਅਤੇ ਕਿਹੜੀ ਪ੍ਰੈਗਨੈਂਸੀ ਉਹਦੀ ਪਹਿਲੀ ਹੈ ਦੂਸਰੀ ਹੈ ਅਤੇ ਉਹਦਾ ਸਾਰਾ ਅਸੀਂ ਰਿਕਾਰਡ ਕਰਦੇ ਹਾਂ, ਜਿਹਨੂੰ ਅਸੀਂ ਐਂਟੀਨੇਟਲ ਚੈੱਕਅਪ ਕਹਿੰਦੇ ਹਾਂ। ਐਂਟੀਨੇਟਲ ਚੈੱਕਅਪ 'ਚ ਰਜਿਸਟ੍ਰੇਸ਼ਨ ਨੰਬਰ ਉਹਨੂੰ ਇਸ਼ੂ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਨੂੰ ਇੰਜੈਕਸ਼ਨ ਅਸੀਂ ਧੁਨਕਵਾ ਦਾ ਜਿਹਨੂੰ TT ਕਹਿੰਦੇ ਹਾਂ ਉਹ ਲਗਾਉਂਦੇ ਹਾਂ, ਉਹਦਾ ਅਸੀਂ ਬਲੱਡ ਗਰੁੱਪ ਚੈੱਕ ਕਰਦੇ ਹਾਂ, ਉਹਦਾ ਹੀਮੋਗਲੋਬਿਨ ਚੈੱਕ ਕਰਦੇ ਹਾਂ ਕਿੰਨਾ, ਉਹਦਾ ਵੇਟ ਦੇਖਦੇ ਹਾਂ ਅਤੇ ਹੋਰ ਉਹਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਉਹਨੂੰ ਸਿਸਟੈਮਿਕ ਬਿਮਾਰੀ, ਕੋਈ ਇੱਦਾਂ ਦੀ ਅੰਦਰੂਨੀ ਬਿਮਾਰੀ ਨਾ ਹੋਵੇ ਜਿਹਦੇ 'ਚ ਬਲੱਡ ਪ੍ਰੈਸ਼ਰ, ਕੋਈ ਸ਼ੂਗਰ, ਕੋਈ TB
ਜਾਂ ਕੋਈ ਇੱਦਾਂ ਦੀ ਬਿਮਾਰੀ ਨਾ ਹੋਵੇ ਜਿਹੜੀ ਕਿ ਉਹਨੂੰ ਅੱਗੇ ਪ੍ਰੈਗਨੈਂਸੀ ਨੂੰ ਕੰਟੀਨਿਊ ਕਰਨ 'ਚ ਜਾਂ ਡਿਲੀਵਰ ਹੋਣ ਵੇਲੇ ਕੋਈ ਤਕਲੀਫ ਹੋਵੇ। ਅਸੀਂ ਘੱਟੋ ਘੱਟ 9 ਮਹੀਨਿਆਂ ਦੇ ਵਿੱਚ ਘੱਟੋ ਘੱਟ 3 ਵਾਰ ਇਹ ਐਂਟੀਨੀਟਲ ਚੈੱਕਅਪ ਕਰਦੇ ਹਾਂ, ਜਿਹਦੇ ਵਿੱਚ ਜਦੋਂ ਵੀ ਕੋਈ ਸਾਨੂੰ ਕੋਈ ਕੰਪਲੀਕੇਸ਼ਨ ਆਉਂਦੀ ਹੈ ਉਹਦਾ ਇਲਾਜ ਵੀ ਅਸੀਂ ਮੁਫਤ ਦਿੰਦੇ ਹਾਂ। ਜਿੱਦਾਂ ਕਿ ਖੂਨ ਦੀ ਘਾਟ ਹੈ ਤਾਂ ਅਸੀਂ ਉਹਨੂੰ ਆਇਰਨ ਦੀਆਂ ਗੋਲੀਆਂ ਦਿੰਦੇ ਹਾਂ, ਜਿਹਦੇ ਨਾਲ ਉਹ 100 ਗੋਲੀ ਦਿੰਦੇ ਹਾਂ ਅਸੀਂ ਉਹਨਾਂ ਨੂੰ, ਜਿਹਦੇ ਨਾਲ ਉਹਨਾਂ ਦਾ ਖੂਨ ਪੂਰਾ ਰਹੇ। ਉਹਦੇ ਬਲੱਡ ਦੀ ਖੂਨ ਦੀ ਜਾਂਚ ਕਰਦੇ ਹਾਂ ਕਿ ਜੇ ਬਲੱਡ ਗਰੁੱਪ ਉਹਦਾ ਨੈਗੇਟਿਵ ਹੈ ਤਾਂ ਉਹਦੇ ਲਈ ਉਹਨੂੰ ਅਸੀਂ ਤਿਆਰ ਕਰਦੇ ਹਾਂ। ਕੋਈ ਹੋਰ ਜੇ ਸਾਨੂੰ ਲੱਗਦਾ ਕਿ ਇਹਨੂੰ ਕੋਈ ਸਿਸਟੈਮਿਕ ਬਿਮਾਰੀ ਹੈ, ਕੋਈ ਦਿਲ ਦੀ, ਕੋਈ ਸ਼ੂਗਰ ਜਾਂ ਕੋਈ ਬਲੱਡ ਪ੍ਰੈਸ਼ਰ, ਤਾਂ ਅਸੀਂ ਉਹ ਐਕਸਪਰਟ ਜਿਹੜੇ ਸਾਡੇ ਕੋਲ ਸਪੈਸ਼ਲਿਸਟ ਨੇ ਉਹਨਾਂ ਤੋਂ ਚੈੱਕਅਪ ਕਰਾਉਂਦੇ ਹਾਂ। ਲਾਸਟ ਟਰਮੈਸਟਰ 'ਤੇ ਜਾ ਕੇ ਅਸੀਂ ਫਿਰ ਉਹਨੂੰ ਡਿਲੀਵਰੀ ਵਾਸਤੇ ਪੇਸ਼ੈਂਟ ਨੂੰ, ਗਰਭਵਤੀ ਮਾਂ ਨੂੰ ਤਿਆਰ ਕਰਦੇ ਹਾਂ ਕਿ ਇਹਦੇ ਉਹਦੇ ਵਿੱਚ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹ ਗਰਭਵਤੀ ਮਾਂ ਇਸ ਇੰਸਟੀਟਿਊਸ਼ਨ 'ਚ ਜਾਂ ਜੋ ਸਾਡੇ ਕੋਲ ਫੈਸਿਲਿਟੀ ਹੈ ਉਹਦੇ ਅਨੁਸਾਰ ਉਹਨੂੰ ਅਸੀਂ ਇੱਥੇ ਜਨਮ, ਬੱਚੇ ਨੂੰ ਜਨਮ ਦਵਾ ਸਕਦੇ ਹਾਂ ਜਾਂ ਨਹੀਂ, ਜਿਹਦੇ ਵਿੱਚ ਲੇਡੀ ਡਾਕਟਰਾਂ ਨੂੰ ਚੈੱਕਅਪ ਕਰਦੀ ਹੈ ਅਤੇ ਉਸ ਤੋਂ ਬਾਅਦ ਅਸੀਂ ਡਿਲੀਵਰੀ ਲਈ ਤਿਆਰ ਕਰਦੇ ਹਾਂ। ਅਤੇ ਇਹ ਸਾਰੀਆਂ ਸਹੂਲਤਾਂ ਅਤੇ ਦਵਾਈਆਂ ਜੋ ਇੱਥੋਂ ਅਸੀਂ ਦੇਣੇ ਹਾਂ ਡਿਲੀਵਰੀ ਵਾਸਤੇ, ਜੋ ਵੀ ਨੋਰਮਲ ਡਿਲੀਵਰ ਹੋਣੀ ਹੈ ਜਾਂ ਉਹਦਾ ਵੱਡਾ ਆਪਰੇਸ਼ਨ ਸਜੇਰੀਅਨ ਕਰਕੇ ਅਸੀਂ ਨੇ ਉਹ ਬੱਚਾ ਡਿਲੀਵਰ ਕਰਨਾ ਹੈ, ਉਹ ਸਾਰੀਆਂ ਸਹੂਲਤਾਂ ਅਸੀਂ ਮੁਫਤ ਦਿੰਦੇ ਹਾਂ। ਡਿਲੀਵਰੀ ਵੇਲੇ ਪੇਸ਼ੈਂਟ ਨੂੰ ਕੋਈ ਚੀਜ਼ ਅਸੀਂ ਬਾਹਰੋਂ ਨਹੀਂ ਮੰਗਾਉਂਦੇਗੇ, ਕੋਈ ਦਵਾ ਅਸੀਂ ਇੱਥੋਂ ਸਾਰੀਆਂ ਜੋ ਸਾਡੇ ਕੋਲ ਦਵਾ ਹੈ, ਚਾਹੇ ਉਹ ਨੋਰਮਲ ਡਿਲੀਵਰੀ ਹੈ ਚਾਹੇ ਉਹ ਵੱਡਾ ਆਪਰੇਸ਼ਨ ਕਰਾਉਣਾ ਹੈ, ਉਹ ਅਸੀਂ ਮੁਫਤ ਦੇ ਕੇ ਬੱਚੇ ਨੂੰ ਡਿਲੀਵਰ ਕਰਨ ਤੋਂ ਬਾਅਦ ਉਸ ਲੇਡੀ ਨੂੰ ਲੋੜ ਮੁਤਾਬਕ 2 ਦਿਨ, 4 ਦਿਨ ਜਾਂ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ ਅਸੀਂ ਇੱਥੇ ਰੱਖਦੇ ਹਾਂ, ਜਿਹਦੇ ਵਿੱਚ ਉਹਨੂੰ ਖਾਣਾ ਵੀ ਅਸੀਂ ਫਰੀ ਦਿੰਦੇ ਹਾਂ। ਅਤੇ ਬੱਚੇ ਨੂੰ ਚੈੱਕਅਪ ਕਰਾ ਕੇ ਜਿਹੜੇ ਬੱਚਿਆਂ ਦੇ ਡਾਕਟਰ ਹੈ ਮਾਹਰ ਉਹਨਾਂ ਤੋਂ ਚੈੱਕਅਪ ਕਰਾ ਕੇ ਉਹਦੀ 0 ਡੋਜ਼ ਜੋ BCG ਦਾ ਟੀਕਾ ਹੈ, ਪੋਲੀਓ ਦੀ ਖੁਰਾਕ ਹੈ, ਹੈਪੇਟਾਈਟਸ ਹੈ, ਇਹ ਇੰਜੈਕਸ਼ਨ ਲਵਾ ਕੇ ਉਹਨੂੰ ਅਸੀਂ ਇੱਕ ਵਾਰ ਫਿਰ ਬੱਚਿਆਂ ਵਾਲੇ ਡਾਕਟਰ ਤੋਂ ਚੈੱਕਅਪ ਕਰਾ ਕੇ ਅਸੀਂ ਉਹਨੂੰ ਘਰ ਭੇਜਦੇ ਹਾਂ। ਅਤੇ ਉਹਦੇ ਵਾਸਤੇ ਟਰਾਂਸਪੋਰਟ ਵੀ ਅਸੀਂ ਚਾਹੇ 108 ਨੰਬਰ ਦੇਈਏ ਜਾਂ ਅਸੀਂ ਆਪਣੀ ਐਂਬੂਲੈਂਸ ਭੇਜੀਏ, ਉਹ ਵੀ ਅਸੀਂ ਫਰੀ ਦਿੰਦੇ ਹਾਂ ਹਰ ਪ੍ਰੈਗਨ ਡਿਲੀਵਰਡ ਲੇਡੀ ਨੂੰ ਅਸੀਂ ਦੇਣਾ ਹੈ। ਇੱਕ ਹੋਰ ਸਕੀਮ ਹੈ ਜਿਹਨੂੰ ਜਨਨੀ ਸੁਰੱਖਿਆ ਯੋਜਨਾ ਕਹਿੰਦੇ ਹਾਂ, ਜਿਹਦੇ ਵਿੱਚ ਜੋ BPL ਪਰਿਵਾਰ ਨੇ ਉਹ ਪਹਿਲਾਂ ਹੀ ਰਜਿਸਟਰ ਹੋਏ ਹੁੰਦੇ ਹਨ, BPL ਪਰਿਵਾਰ 'ਚੋਂ ਜੇ ਕੋਈ ਸਾਡੇ ਕੋਲ ਇੰਸਟੀਟਿਊਸ਼ਨ 'ਚ ਡਿਲੀਵਰੀ ਕਰਾਉਂਦਾ ਹੈ ਅਤੇ ਜੇ ਉਹ ਰੂਰਲ ਏਰੀਏ 'ਚੋਂ ਹੈ ਤਾਂ ਅਸੀਂ ਉਹਨਾਂ ਨੂੰ 700 ਰੁਪਇਆ, ਜੇ ਸ਼ਹਿਰੀ ਖੇਤਰ 'ਚੋਂ ਹੈ ਤਾਂ ਅਸੀਂ 600 ਰੁਪਇਆ, ਇਹ ਵੀ ਉਸ ਨੂੰ ਅਸੀਂ ਨਾਲ ਦੇ ਕੇ ਭੇਜਦੇ ਹਾਂ, ਜੋ ਕਿ ਆਧਾਰ ਬੇਸ ਉਹਦੇ ਬੈਂਕ ਵਿੱਚ ਉਹਦੇ ਨਾਂ 'ਤੇ ਜਮ੍ਹਾਂ ਹੋ ਜਾਂਦਾ ਹੈ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਤਕਰੀਬਨ 160 ਦਵਾਈਆਂ ਜਿਹੜੀਆਂ ਨੇ, ਜਿਹਦੇ ਵਿੱਚ ਐਮਰਜੈਂਸੀ ਦਵਾਈਆਂ ਅਤੇ ਰੋਜ਼ਮਰਾ ਦੀ ਯੂਜ਼ ਵਾਸਤੇ ਜਿਹੜੀਆਂ ਦਵਾਈਆਂ ਨੇ ਉਹ ਉਪਲਬਧ ਹਨ। ਇਹਦੇ ਵਿੱਚ ਜਿੱਥੋਂ ਤੱਕ ਗਰਭਵਤੀ ਮਾਵਾਂ ਦਾ ਸੰਬੰਧ ਹੈ ਔਰ ਨਵਜੰਮੇ ਬੱਚਿਆਂ ਵਾਸਤੇ ਸੰਬੰਧ ਹੈ, ਇੱਥੇ ਉਹ ਸਾਰੀਆਂ ਦਵਾਈਆਂ ਜਿਹੜੀਆਂ ਜਦੋਂ ਗਰਭਵਤੀ ਮਾਂ ਜਿਹੜੀ ਆ ਰਜਿਸਟ੍ਰੇਸ਼ਨ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਆਉਂਦੀ ਆ ਉਹਨੂੰ ਸਾਰੀਆਂ ਦਵਾਈਆਂ ਜਿਹੜੀਆਂ ਇੱਥੇ ਮੁਫਤ ਦਿੱਤੀਆਂ ਜਾਂਦੀਆਂ ਹੈ। ਔਰ ਇੱਥੋਂ ਜਦੋਂ ਡਿਲੀਵਰੀ ਕੇਸ ਹੁੰਦੇ ਆ, ਜਿਹੜੀ ਵੀ ਦਵਾਈ ਉਸ ਵੇਲੇ ਲੋੜ ਪੈਂਦੀ ਆ ਉਹ ਸਾਰੀ ਦਵਾਈ ਹਸਪਤਾਲ 'ਚੋਂ ਮਿਲਦੀ ਆ। ਈਵਨ ਜਿਹੜੇ ਸਚੇਰੀਅਨ ਆਪਰੇਸ਼ਨ, ਵੱਡੇ ਆਪਰੇਸ਼ਨ ਆ ਜਿਹੜਾ ਬੱਚਾ ਜਨਮ ਲੈਂਦਾ ਹੈ ਉਹਦੇ ਲਈ ਆਪਰੇਸ਼ਨ ਲਈ ਵੀ ਜਿਹੜਾ ਸਰਜੀਕਲ ਜਾਂ ਹੋਰ ਕੋਈ ਵੀ ਇੰਸਟਰੂਮੈਂਟ ਜਾਂ ਦਵਾਈਆਂ ਜਿਹੜੀਆਂ ਲੋੜ ਪੈਂਦੀਆਂ ਉਹ ਵੀ ਸਿਵਲ ਹਸਪਤਾਲ ਵਿੱਚ ਉਪਲਬਧ ਕਰਾਈਆਂ ਜਾਂਦੀਆਂ ਹਨ। ਮਦਰ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਆਇਰਨ ਐਂਡ ਫੋਲਿਕ ਐਸਿਡ ਦੀਆਂ 100 ਗੋਲੀਆਂ ਜਿਹੜੀਆਂ ਹੈ ਉਹ ਫਰੀ ਦਿੱਤੀਆਂ ਜਾਂਦੀਆਂ। ਈਵਨ ਨਵ ਜੰਮੇ ਬੱਚੇ ਲਈ ਜੇ ਕੋਈ ਉਹਨੂੰ ਬਿਮਾਰੀ ਹੁੰਦੀ ਆ ਉਹਦੇ ਲਈ ਸਾਡੇ ਕੋਲ ਐਂਟੀ ਬਾਇਓਟਿਕ ਜਿਹੜੇ ਆ ਦਵਾਈਆਂ ਜਿਹੜੀਆਂ ਉਹ ਵੀ ਉਪਲਬਧ ਹਨ, ਉਹ ਅਸੀਂ ਇੱਥੋਂ ਦਿੰਦੇ ਹਾਂ। ਔਰ ਇੱਥੋਂ ਤੱਕ ਕਿ ਅਗਰ ਕੋਈ ਸਚੇਰੀਅਨ ਕੇਸ ਵੇਲੇ ਜਾਂ ਆਪਰੇਸ਼ਨ ਕੇਸ ਵੇਲੇ ਜਾਂ ਮਦਰ ਨੂੰ ਕੋਈ ਐਸੀ ਦਵਾਈ ਦੀ ਲੋੜ ਪੈਂਦੀ ਆ ਜਿਹੜੀ ਸਿਵਲ ਹਸਪਤਾਲ ਵਿੱਚ ਉਪਲਬਧ ਨਹੀਂ ਹੁੰਦੀ, ਅਸੀਂ ਉਹ ਨੈਸ਼ਨਲ ਰੂਰਲ ਹੈਲਥ ਮਿਸ਼ਨ ਵੱਲੋਂ ਉਪਲਬਧ ਫੰਡ ਜਿਹੜੇ ਆ ਉਹਦੇ ਵਿੱਚੋਂ ਅਸੀਂ ਮਾਰਕੀਟ 'ਚੋਂ ਵੀ ਖਰੀਦ ਕੇ ਦਿੰਦੇ ਹਾਂ। ਔਰ ਕੋਈ ਵੀ ਦਵਾਈ ਜਿਹੜੀ ਆ ਅਸੀਂ ਜੱਚਾ ਬੱਚਾ ਜਾਂ ਗਰਭਵਤੀ ਮਾਂ ਨੂੰ ਬਾਜ਼ਾਰੋਂ ਖਰੀਦਣ ਲਈ ਨਹੀਂ ਕਹਿੰਦੇ। ਬੱਚਿਆਂ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡੇ ਕੋਲ ਨਵਾਂ ਜੰਮਦਾ ਬੱਚਾ ਉਹਦੇ ਵਾਸਤੇ ਸਾਡੇ ਕੋਲ ਇੱਕ ਸਹੂਲਤ ਹੈਗੀ ਹੈ ਜਿਹੜਾ ਸਾਡਾ ਨਿਊਬੋਰਨ ਕੇਅਰ ਕੋਰਨਰ ਹੈ ਜਿਹੜਾ ਕਿ ਸਾਡਾ ਲੇਬਰ ਰੂਮ ਦੇ ਵਿੱਚ ਹੈ। ਜਿਸ ਤਰ੍ਹਾਂ ਹੀ ਬੱਚਾ ਸਾਡੇ ਕੋਲ ਡਿਲੀਵਰ ਹੁੰਦਾ ਉਸਨੂੰ ਅਸੀਂ ਇੱਕ ਪਹਿਲਾਂ ਹੀ ਗਰਮ ਕੀਤੀ ਹੋਈ ਸ਼ੀਟ ਦੇ ਵਿੱਚ ਅਸੀਂ ਉਸਨੂੰ ਰੈਪ ਕਰਕੇ ਅਸੀਂ ਆਪਣੇ ਰੇਡੀਐਂਟ ਹੀਟ ਵਾਰਮਰ ਜਿਹੜਾ ਕਿ ਇਹ ਸਾਡਾ ਹੈ ਇਹਦੇ ਨੀਚੇ ਅਸੀਂ ਪਾ ਦਿੰਦੇ ਹਾਂ।
और उस तो बाद उस असी पोजिशन बना के सब तो पहला असी उसकी बच्चे की सैक्शन करते हैं। सैक्शन जी है एम और एन, पहला माउथ की सैक्शन करते हैं फिर असी नोज़ की सैक्शन करते हैं। तो बच्चे सारे का सारा जो है कपड़े के लपेट के पूरी तरह उन्होंने सुका के फिर असी उस तो बाद देखते हैं कि बच्चे का जरा साह वगैरह है वो ठीक है, हार्ट रेट वगैरह ठीक है, इस तरह असी नोट करके फिर अखीर चौदह असी देखते हैं कि रंग वगैरह ठीक है। फिर जो बच्चे के मुताबिक मान लो कि जोड़ा बच्चा नहीं रोया फिर उन्होंने असी रीसैसीटेट करने वास्ते स्पैशली असी सैक्शन करने तो बाद साडा एक अपरेटस है बिल्कुल ही सिंपल है वो है साडा बैग एंड मास्क वेंटिलेशन। ये साडा एक ए साडा बैग है, एक साडा ए जिहड़ा बच्चे दे असी नक और मुँह दे उत्ते लगांदे आ, ये साडा मास्क है, एक रेजरवर है, इहदे च असी एक ऑक्सीजन जिहड़ा है अटैच कर दिंदे आ ट्यूबिंग। तो ये बहुत ही सिंपल प्रोसैस है कि बच्चे का नक और मुँह और ठोडी ये उत्ते ये असी कवर कर दिंदे आ। कवर करन तो बाद असी देखदे आ कि सील प्रोपरली बनी हुई है। तो ये साडा जिहड़ा है बैग इस नूं असी प्रेस करते हैं, उहदा बहुत ही सिंपल मैथड है, वो है कि स्क्वीज़ टू थ्री, स्क्वीज़ टू थ्री, स्क्वीज़ टू थ्री, ये 40 तो 60 बारी एक मिनट के असी बच्चे नूं असी साह दिंदे हैं। स्क्वीज़ टू थ्री, स्क्वीज़ टू थ्री, स्क्वीज़ टू थ्री, ये नाल ये असी 30 सैकेंड वास्ते करते हैं। तो ये क्योंकि ऑक्सीजन लगी होंगी है तो जोड़ा बच्चा है उन्होंने ऑक्सीजन पहुँच जाती है, फिर असी 30 सैकेंड के बाद असी चैक करते हैं कि बकायदा बच्चे का जोड़ा हार्ट रेट है तो वह रेस्पिरेटरी रेट है वो ठीक हो गया, अगर जरूरत पैंती है तो इन असी रिपीट कर दें। तो ये आलमोस्ट 99% 99% तक जो बच्चे है उन्होंने असी नकली साह द्वारा उन्होंने असी रीसैसीटेट कर पाने। ये सारी दारिया सहूलत केंद्र सरकार की तरफ तो सारे जो नवे जमे बच्चे है उन्होंने फ्री दिखाई जा रही। केंद्र सरकार वालों जो एंबूलेंस बिल्कुल मुफ्त सेवा डायल 108 जिन्हों किया जाता वो दी जाती है। अज असी सिविल हस्पताल जिला शहीद भगत सिंह नगर विखे प्रोग्राम ले आए तो इतने साढ़े होंदया ही एक मरीज़ जो कि सरदार इंद्रजीत सिंह जी एमरजेंसी मैडिकल टैक्नीशियन खटखड़ कलां तो एक मरीज़ नूं लेके आए आ। इस गड्डी दे विच एक आम जनता दी गड्डी दे विच की फर्क है आओ जाणीए इन्हां तों कि जो मरीज़ इस गड्डी विच लिआंदा जांदा उहनूं आम गड्डी नालों की वख वख सहूलतां इस गड्डी विच दित्तियां जांदियां। इंद्रजीत सिंह जी तुसीं सानूं इह दसोगे कि इस गड्डी विच मरीज़ लिआउण लई और जिस तरह आम जनता दे विच धारणा है कि साडे कोल महंगीयां गड्डियां उहनां विच मरीज़ लिआउण नालों की फर्क है। महंगी गड्डियां दे विच आम तौर पर असीं पाया जांदा कि जिहड़ियां गड्डियां महंगीयां हन उहनां दे विच डॉक्टरी सहूलतां बिल्कुल नहीं हुंदियां हन, क्योंकि साढ़े कोल जिस तरह असीं देखते हैं एक्सीडेंट पेशेंट होवे डिलीवरी पेशेंट होवे हरेक तरीके नूं हैंडल करन वास्ते साडी टीम तैयार बार तैयार रहिंदी है। तो साढ़े कोल हर वक्त एमरजेंसी मैडिकल टैक्नीशियन प्लस एक पायलट जो कि गड्डी नूं चलाउंदा है मौजूद हुंदा है। इस तों इलावा गड्डी दे विच आम गड्डी नाल बेहतर सहूलतां हुंदियां हन जो कि आम तौर पर असीं देखते हां कि गड्डी तां महंगी हुंदी पर उस दे विच सहूलतां बिल्कुल नहीं हुंदियां हैगियां। जदों हुण असीं 108 एंबूलेंस देखते हैं जिस तरह तुसीं कैमरे विच भी देख रहे हो साढ़े कोल ऑक्सीजन पेशेंट नूं ऑक्सीजन की लोड़ होवे तां ऑक्सीजन असीं लगा सकते हैं। तो इस तों इलावा डिलीवरी किट ते जे मन लो पेशेंट ट्रांसफर हॉस्पिटल नूं ट्रांसफर करते समय जां घर तों जां हॉस्पिटल तों हॉस्पिटल ट्रांसफर करते कोई कॉम्प्लीकेशन आउंदी है डिलीवरी गड्डी दे विच हुंदी है तां असीं उस नूं आराम नाल हैंडल कर सकते क्योंकि साढ़े कोल सारियां सहूलतां हुंदियां हन। इस तों इलावा साढ़े कोल मैडिसन हुंदी है प्रोपर जे जो कि असीं 108 तों हदायतां लै के ते ओह असीं पेशेंट नूं गड्डी दे विच ही दिंदे हां। ते जिहड़ी वी सुविधा साढ़े वल्लों दित्ती जांदी है इसदा ना कोई चार्ज कीता जांदा है बिल्कुल ही गवर्नमेंट वल्लों फ्री मिलदी है। इस सिविल हस्पताल विच हर तरह की सहूलत मरीजों नूं मुहैया करवाईया गई हैं। सहूलतें मिलन ते लोग काफ़ी खुश नज़र आ रहे हैं। साड़ी टीम नाल गलबात करदियां उन्होंने अपने विचार पेश किए। तुसीं देखिया हुणे हुणे कि दलजीत कौर जिहड़ी कि एक गर्भवती औरत है ये नवांशहर के लागे ही पिंड है गुजरपुर कलां उत्थों आए ने। इन्हां नूं हुणे हुणे एंबूलेंस 108 लैके आई है। इन्हां नूं घर दे विच सेहत इन्हां दी बिगड़दी दिसी तां इन्हां ने 108 नंबर ते फोन कीता ते 108 एंबूलेंस दे विच हस्पताल पहुँचे ने। आओ इन्हां तों पुछिए कि एंबूलेंस 108 विच आए ने ते इन्हां नूं किस तरह लग्गिया। सर मेरे सवेरे जिद्दां दर्द शुरू होईयां ते असीं 108 हॉस्पिटल नूं फोन कीता ते गड्डी भेजी ने ते जिदा मैनू सिविल हॉस्पिटल नवांशहर विच लैके आए ते उत्थे जिदा सानू पहला नहीं सी पता वी गड्डी विच इन्नियां सहूलतां हुंदियां ने पर मैं जद देखिया ते गड्डी विच वी बहुत सहूलतां सी स्टाफ मैंबर सीगे चैकअप करदे रहे।
ਜਿੱਦਾਂ ਕਿ ਇਹ ਸਰਕਾਰ ਕੇਂਦਰ ਸਰਕਾਰ ਨੇ ਸਹੂਲਤ ਜਿਹੜੀ ਕੀਤੀ ਹੈ ਗਰੀਬਾਂ ਵਾਸਤੇ ਬਹੁਤ ਵਧੀਆ ਕੀਤੀ ਹੈ। ਜੋਤੀ ਜੀ, ਜੋ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਗਰੀਬ ਲੋਕਾਂ ਲਈ, ਲੋੜਵੰਦਾਂ ਲਈ, ਖਾਸ ਕਰਕੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਮਰੀਜ਼ ਹੈ, ਉਹਨਾਂ ਤੱਕ ਚਲਾਈਆਂ ਗਈਆਂ, ਕੀ ਉਹ ਤੁਹਾਡੇ ਤੱਕ ਵੀ ਪਹੁੰਚਦੀਆਂ? ਇਹਦੇ ਬਾਰੇ ਸਾਨੂੰ ਵਿਸਤਾਰ ਨਾਲ ਦੱਸੋ। ਹਾਂਜੀ, ਸਾਨੂੰ ਸਾਰੀਆਂ ਸਹੂਲਤਾਂ ਮਿਲੀਆਂ ਇੱਥੋਂ। 9 ਮਹੀਨੇ ਮੈਂ ਇੱਥੋਂ ਦਵਾਈ ਖਾਧੀ ਹੈ, ਇੱਥੇ ਦਵਾਈ ਫ੍ਰੀ 'ਚ, ਸਭ ਕੁਛ ਫ੍ਰੀ 'ਚ ਮੈਨੂੰ ਮਿਲਿਆ। ਦਵਾਈ ਵਗੈਰਾ, ਦਵਾਈ ਵੀ ਫ੍ਰੀ 'ਚ ਮਿਲਦੀ ਹੈ, ਟੀਕੇ ਵਗੈਰਾ ਸਭ ਕੁਛ ਫ੍ਰੀ 'ਚ ਹੀ ਹੈ ਇੱਥੇ ਲੱਗਦਾ ਪਿਆ। ਸਾਨੂੰ ਕੇਂਦਰ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਫ੍ਰੀ 'ਚ ਮਿਲੀਆਂ, ਸਾਨੂੰ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਆ। ਸਾਨੂੰ ਟੀਕੇ ਵਗੈਰਾ, ਦਵਾਈਆਂ 9 ਮਹੀਨੇ ਇੱਥੇ ਹੋਸਪਿਟਲ 'ਚ ਫ੍ਰੀ 'ਚ ਮਿਲਿਆ, ਡਾਕਟਰ ਸਾਡੀ ਇੰਨੀ ਦੇਖਭਾਲ ਕਰਦੇ ਆ। ਮੇਰਾ ਨਾਮ ਭਾਰਤੀ ਹੈ, ਮੈਂ ਪਿੰਡ ਜਾੜਲਾ ਤੋਂ, ਇਹ ਮੈਂ 9 ਮਹੀਨੇ ਤੋਂ ਚੈੱਕਅਪ ਕਰਾ ਰਹੀ ਹਾਂ ਇੱਥੇ। ਮੇਰਾ ਚੈੱਕਅਪ ਫ੍ਰੀ ਹੋ ਰਿਹਾ, ਮੇਰੇ ਟੀਕੇ ਟਿੱਪਣੀ ਵੀ ਫ੍ਰੀ ਹੋਈ ਹੈ। ਜਿਸ ਦਿਨ ਦੀ ਮੈਂ ਦਾਖਲ ਹੋਈ ਹਾਂ ਉਸ ਦਿਨ ਦਾ ਮੈਨੂੰ 3 ਟਾਈਮ ਦਾ ਖਾਣਾ ਫ੍ਰੀ ਮਿਲ ਰਿਹਾ ਹੈ। ਇਹਨਾਂ ਨੇ ਮੈਨੂੰ 1000 ਦਾ ਚੈੱਕ ਵੀ ਦਿੱਤਾ ਹੈ। ਕੇਂਦਰ ਸਰਕਾਰ ਗਰੀਬ ਲੋਕਾਂ ਲਈ ਬਹੁਤ ਕੁਛ ਕਰ ਰਹੀ ਆ। ਦਰਸ਼ਕ ਵੀਰੋ, ਅੱਜ ਦੇ ਪ੍ਰੋਗਰਾਮ ਸਵਸਥ ਭਾਰਤ ਵਿੱਚ ਅਸੀਂ ਤੁਹਾਨੂੰ ਜੱਚਾ ਬੱਚਾ ਸੰਬੰਧੀ ਬਹੁਤ ਜਾਣਕਾਰੀ ਦਿੱਤੀ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਔਰ ਤੁਸੀਂ ਇਸ ਜਾਣਕਾਰੀ ਦਾ ਜ਼ਰੂਰ ਲਾਭ ਉਠਾਓਗੇ। ਕੱਲ੍ਹ ਇੱਕ ਨਵੇਂ ਵਿਸ਼ੇ ਦੇ ਨਾਲ ਇਸੇ ਪ੍ਰੋਗਰਾਮ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅੱਗੇ ਦਿਓ, ਨਮਸਕਾਰ। ਗੁੜੀਆ, ਕੀ ਹੋਇਆ, ਕਾਹਨੂੰ ਵਿੱਚ ਪੀਰ? ਚਲੋ ਡਾਕਟਰ ਜੀ ਦੇ ਕੋਲ। ਡਾਕਟਰ ਜੀ ਨੇ ਕਿਹਾ, ਇਹ ਹੈ ਸਵੈਟਰ ਬੁਣਨ, ਅੱਗ ਬਾਲਣ, ਬਾਲ ਬਣਨ ਅਤੇ ਲਿਖਣ ਦੇ ਲਈ, ਕੰਨ ਸਾਫ ਕਰਨ ਦੇ ਲਈ ਨਹੀਂ। ਤੇਲ ਅਤੇ ਦੁੱਧ ਇਹਦੇ ਵਿੱਚ ਨਾ ਜਾਣ ਦੇਣਾ, ਅਤੇ ਜੇਕਰ ਕੰਨ ਵਿੱਚ ਪੀੜ ਹੋਏ ਜਾਂ ਕੰਨ ਵਿੱਚੋਂ ਪਾਣੀ ਆਏ ਤੇ ਜਾਣਾ ਡਾਕਟਰ ਜੀ ਦੇ ਕੋਲ। ਜੇਕਰ ਗੁੜੀਆ ਦਾ ਹਾਸਾ ਚਾਹੀਦਾ ਤੇ ਧਿਆਨ ਰੱਖੋ। ਸੁਣੋ, ਗੱਲ ਹੈ ਕੰਮ ਦੀ, ਕਦਰ ਕਰੋ ਆਪਣੇ ਕੰਮ ਦੀ।